ਜੁਗੋ ਜੁਗੋ ਖੇਡੋ ਲੱਖਾਂ ਹੀ ਖੇਡਾਂ ਅਮਰ ਰਹਿ ਖੇਡ ਕਬੱਡੀ ਸਦਾ ਜੋਨੋ ਵਿਛੜੇ ਸਾਥੀ ਜਿੰਨਾ ਖੇਡ ਖੇਡ ਕੇ ਛੱਡੀ ਪੁਰਾਣੇ ਪਲੇਅਰਾਂ ਨੂੰ ਤਰਬੀਉ ਦਿਆਂ ਦੀ ਗੱਲ ਕਿ ਬੱਬਾ ਬਰਾੜ ਬੱਬਾ ਬਾਜਾ ਬੱਬਾ ਅਸੀਂ ਬਕਸੀਸ ਜੀ ਦੇ ਘਰ ਵਿੱਚ ਪੈਦਾ ਹੋਇਆ ਕਬੱਡੀ 스타 ਹਰਜੀਤ ਨਾਲ ਜੀ ਦੇ ਸੀ ਕੇਵਲ ਸੇਖਾ ਕੇਵਲ ਲੋਕ ਉਹਦੇ ਕਹਾਂ ਕਿਆ ਦਾ ਤਲਵਾਰ ਕਦੇ ਕਦੇ ਰੱਬ ਪੈਦਾ ਕਰਦਾ ਇਹੋ ਜਿਹਾ ਫਨਕਾਰ ਕਦੇ ਕਦੇ ਰੱਬ ਪੈਦਾ ਕਰਦਾ ਇਹੋ ਜਿਹਾ ਫਨਕਾਰ 8 ਕੋਲ ਪਹਿਲੀ ਹਿੰਟ ਬਿਲਕੁਲ ਨਹੀਂ ਹਨਾ ਨਹੀਂ ਜੀ ਪਰ ਫਿਰ ਵੀ ਤੁਸੀਂ ਕਿਸਾਨਾਂ ਦਾ ਸਾਥ ਦੇ ਬਾਕੀ ਤੁਸੀਂ ਜਦੋਂ ਜੇਚ ਰਹੇ ਜਿਲ੍ਹੇ ਦਾ ਕੋਈ ਇਨਸੀਡੈਂਟ ਇਦਾਂ ਦਾ ਤੁਹਾਨੂੰ ਲੱਗਿਆ ਹੋਵੇ ਕਿ ਤਿਹਾੜਤ ਸੀ ਤੁਸੀਂ ਹਾਂਜੀ ਮੈਂ ਤਿਹਾੜ ਦੇ ਵਿੱਚ ਸੀਗਾ ਤਿਹਾੜ ਦਾ ਉੱਥੋਂ ਦੇ ਲੋਕਾਂ ਦਾ ਪਤੀਰਾ ਕਰਦੇ ਵਿੱਚ ਜਾਂ ਵਾਈਫ ਆ ਜਿਹੜੀ ਥੋੜਾ ਬਹੁਤਾ ਪਾਰਲਰ ਵਗੈਰੇ ਦਾ ਕੰਮ ਕਰ ਲੈਂਦੀ ਕਿਉਂਕਿ ਬਜ਼ੁਰਗ ਆ ਕੀ ਹੈਂਡੀਕੈਪ ਦਾ ਉਹ ਤੋਂ ਉਦਾਂ ਕੋਈ ਕੰਮ ਨਹੀਂ ਹੁੰਦਾ ਕੋਈ ਜੋਬ ਵਗੈਰਾ ਨਹੀਂ ਹੈ ਕੋਈ ਚੀਜ਼ ਆ ਤੁਸੀਂ ਕਬੱਡੀ ਦੀ ਗੱਲ ਕਰ ਰਹੇ ਹੁਣ ਕਬੱਡੀ ਇਹ ਤਾਂ ਐਨੀ ਵੀ ਰੋਜ਼ ਮੈਚ ਵੀ ਨਹੀਂ ਹੁੰਦੇ ਬਿਲਕੁਲ ਜੀ ਐਨੇ ਮੈਚ ਨਹੀਂ ਹੁੰਦੇ ਤੁਸੀਂ ਸਿਰਫ ਇਸੇ ਤੇ ਡਿਪੈਂਡੈਂਟ ਹਾਂਜੀ ਹਾਂਜੀ ਕਿਰ ਕੋਈ ਕਿਸੇ ਪਾਸੋਂ ਸਰਕਾਰ ਵੱਲੋਂ ਜਾਂ ਕਿਸੇ ਪਾਸੇ ਕੋਈ ਮਦਦ ਮਿਲਦੀ ਹੈ ਜਾਂ ਬਸ ਨਹੀਂ ਜੀ ਨਹੀਂ ਬਿਲਕੁਲ ਕੋਈ ਕੋ ਤੁਹਾਨੂੰ ਪਤਾ ਹੈ ਪ੍ਰਾਈਵੇਟ ਤੌਰ ਤੇ ਟੂਰਨਾਮੈਂਟ ਹੁੰਦੇ ਨੇ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਉਦੋਂ ਮਨਕ ਕੀ ਹੁੰਦਾ ਵੀ ਅਸੀਂ ਕਿਸ ਤਰੀਕੇ ਨਾਲ ਇਹਨੂੰ ਕਰਨਾ ਸਾਰੀ ਗੱਲ ਦੋਸਤੋ ਪ੍ਰੋਗਰਾਮ ਤੁਸੀਂ ਦੱਸੋ ਜੀ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਨੂੰ ਪਤਾ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਉਹਨਾਂ ਸ਼ਖਸੀਅਤਾਂ ਨਾਲ ਗੱਲਬਾਤ ਕਰਦੇ ਹਾਂ ਜਿਨ੍ਹਾਂ ਨੇ ਮੋਇਸਚਰ ਦੇ ਵਿੱਚ ਕੁਝ ਕੀਤਾ ਹੁੰਦਾ ਕੋਈ ਆਪਣਾ ਨਾਮ ਬਣਾਇਆ ਹੁੰਦਾ ਇਸ ਕਰਕੇ ਅੱਜ ਉਹ ਨਾਮਵਰ ਸ਼ਖਸੀਅਤ ਮੇਰੇ ਨਾਲ ਹੈ ਜਿਨ੍ਹਾਂ ਦਾ ਨਾਮ ਹੈ ਜਸਵਿੰਦਰ ਜਸਵਿੰਦਰ ਤੁਹਾਡਾ ਬਾਦੋ ਸਵਾਗਤ ਅ ਸਤਿ ਸ਼੍ਰੀ ਅਕਾਲ ਭਾਜੀ ਤੁਹਾਡਾ ਵੀ ਇੱਥੇ ਜਿਨ੍ਹਾਂ ਤੁਸੀਂ ਟਾਈਮ ਕੱਢ ਕੇ ਮੈਨੂੰ ਚਾਰ ਸ਼ਬਦ ਬੋਲਣ ਦੇ ਲਈ ਆਪਣੇ ਚੈਨਲ ਦੇ ਮੌਕਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਨਾਮ ਦੇ ਨਾਲ ਜਸਵਿੰਦਰ ਆਸਾ ਬੁੱਟਰ ਲੱਗਦਾ ਹਾਂਜੀ ਹਾਂਜੀ ਇਹ ਪਹਿਲਾਂ ਤੋਂ ਲੱਗਦਾ ਕਿ ਬਾਅਦ ਚਲਾਇਆ ਨਹੀਂ ਜੀ ਪਹਿਲਾਂ ਤੋਂ ਹੀ ਤਕਰੀਬਨ ਮੇਰਾ ਪਿੰਡ ਦਾ ਨਾਂ ਆਸਾ ਬੁੱਟਰ ਤੇ ਮੇਰੇ ਮਨ ਦੀ ਤਮੰਨਾ ਹੈਗੀ ਆ ਵੀ ਜਿਹੜੇ ਹਰ ਇੱਕ ਕਿਸੇ ਨਾ ਕਿਸੇ ਲੈਵਲ ਦੇ ਵਿੱਚ ਮੇਰੇ ਨਗਰ ਦਾ ਜਿਹੜਾ ਨਾਂ ਜਿਹੜਾ ਅੱਗੇ ਆਵੇ ਬਿਲਕੁਲ ਦੇਖੋ ਗੱਲ ਪਤਾ ਕੀ ਹੈ ਕਿ ਤੁਸੀਂ ਜਿਸ ਕਿਤੇ ਨਾਲ ਜੁੜੇ ਹੋਏ ਹੋ ਉਹ ਬੜਾ ਐ ਕਹਿ ਲਓ ਵੀ ਬਹੁਤ ਘੱਟ ਪਹਿਲਾਂ ਚੱਲਦਾ ਸੀ ਜਿਵੇਂ ਕਿ ਕਬੱਡੀ ਦੇਖੋ ਕਬੱਡੀ ਨੂੰ ਅਸੀਂ ਕਹਿ ਦਿੰਦੇ ਆਂ ਵੀ ਸਾਡੀ ਮਾਂ ਖੇਡ ਹੈ ਪਰ ਹੁਣ ਅਸੀਂ ਕਿਤੇ ਨਾ ਕਿਤੇ ਭੁੱਲ ਗਏ ਆ ਪਰ ਫਿਰ ਵੀ ਦੇਖੋ ਇਹ ਐ ਵੀ ਪ੍ਰਮੋਟ ਕੀਤਾ ਗਿਆ ਹੁਣ ਕਿਤੇ ਨਾ ਕਿਤੇ ਫਿਰ ਕਬੱਡੀ ਆਪਣੀ ਇੱਕ ਥਾਂ ਬਣਾ ਚੁੱਕੀ ਹੈ ਜਿਹਦੇ ਵਿੱਚ ਤੁਹਾਡੇ ਵਰਗੇ ਭਰਾ ਜਿਹੜੇ ਨੇ ਕਮੈਂਟੇਟਰ ਕਮੈਂਟਰੀ ਜਦੋਂ ਕਰਦੇ ਹੋ ਤਾਂ ਕਮੈਂਟਰੀ ਜਦੋਂ ਤੁਸੀਂ ਕਰਦੇ ਹੋ ਜਦੋਂ ਗਰਾਊਂਡ ਦੇ ਵਿੱਚ ਜਾਂਦੇ ਹੋ ਉਦੋਂ ਮਨ 'ਚ ਕੀ ਹੁੰਦਾ ਵੀ ਅਸੀਂ ਕਿਸ ਤਰੀਕੇ ਨਾਲ ਇਹਨੂੰ ਕਰਨਾ ਯਾਨੀ ਕਿ ਮਨ ਦੇ ਵਿੱਚ ਕੁਝ ਐਸੇ ਤਰ੍ਹਾਂ ਦੇ ਵਲਵਲੇ ਹੁੰਦੇ ਆ ਵੀ ਹਰ ਇੱਕ ਕਬੱਡੀ ਨੂੰ ਖੇਡ ਨੂੰ ਦੈਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰਦੇ ਹੋਏ ਵੇਖ ਗਏ ਉਸੇ ਮਨ ਦੇ ਵਿੱਚ ਇੱਕ ਤਮੰਨਾ ਲੈ ਕੇ ਜਾਈ ਦੀ ਜਦੋਂ ਕਮੈਂਟਰੀ ਵਿੱਚ ਬੋਲੀਏ ਉਹ ਇਸ ਤਰ੍ਹਾਂ ਦੇ ਸ਼ਬਦ ਹੋਣ ਵੀ ਜਿਹੜੇ ਸ਼ਬਦਾਂ ਦੀ ਤਕਰੀਬਨ ਵਧੀਆ ਚੋਣ ਹੋਵੇ ਤੇ ਉਹਨਾਂ ਸ਼ਬਦਾਂ ਦੇ ذریعے ਸਾਡੀ ਕਬੱਡੀ ਨੂੰ ਵਧਨ ਫੁੱਲਣ ਦਾ ਮੌਕਾ ਦਿੱਤੇ ਮੇਰੇ ਦਿਲ ਦੀ ਤਾਂ ਤਮੰਨਾ ਇਹ ਹੁੰਦੀ ਆ ਵੀ ਮੇਰੀ ਕਬੱਡੀ ਜਿਹੜੀ ਕਬੱਡੀ ਦੇ ਨਾਲ ਮੇਰਾ ਨਾਂ ਥੋੜਾ ਬਹੁਤਾ ਮੇਰੇ ਪਿੰਡ ਦਾ ਨਾਂ ਬਣਦਾ ਜਾਂ ਕੋਈ ਥੋੜਾ ਬਹੁਤਾ ਮੇਰਾ ਆਮ ਰੋਜ਼ਗਾਰ ਬਣਦਾ ਜੀ ਦੇ ਨਾਲ ਉਹ ਚੀਜ਼ ਹਮੇਸ਼ਾ ਤਕਰੀਬਨ ਧਰਤੀ ਤੋਂ ਅਸਮਾਨ ਵੱਲ ਜਾਵੇ ਤੇ ਮੇਰੇ ਮਨ ਦੀ ਤਮੰਨਾ ਹੁੰਦੀ ਹੈ ਜੇ ਅਸਮਾਨ ਵੱਲ ਜਾਣਾ ਨਾ ਕੁਛ ਨਾ ਕੁਛ ਉਸ ਦੇ ਲਈ ਚੰਗੇ ਸ਼ਬਦ ਯੂਜ਼ ਕਰਤੀ। ਬਿਲਕੁਲ ਦੇਖੋ ਇਹ ਹੁੰਦਾ ਵੀ ਜੇ ਕਬੱਡੀ ਨੂੰ ਅਸੀਂ ਕਮੈਂਟੇਟਰ ਤੋਂ ਪਾਸੇ ਕਰ ਦਈਏ। ਇਹ ਇਮੇਜਿਨ ਕਰੋ ਵੀ ਉਹਦੇ ਵਿੱਚ ਕਮੈਂਟੇਟਰ ਹੈ ਨਹੀਂ। ਤਾਂ ਉਹ ਨਿਰਸ ਲੱਗੂਗੀ ਬਿਲਕੁਲ। ਪਰ ਕਬੱਡੀ ਇੱਕ ਜਿਹੜੀ ਗੇਮ ਹੈ ਉਹ ਕਮੈਂਟੇਟਰ ਬੇਸਡ ਹੈ। ਕਿਉਂਕਿ ਕਮੈਂਟੇਟਰ ਜੇ ਅੱਛਾ ਤਾਂ ਉਹ ਉਹਨੂੰ ਚਾਰ ਚੰਦ ਲਗਾ ਦਿੰਦਾ ਐਂਟਰਟੇਨਿੰਗ ਬਣਾ ਦਿੰਦਾ ਕਬੱਡੀ ਨੂੰ। ਜਿਹੜੀ ਤੁਸੀਂ ਲੋਗ ਬਣਾ ਨੇ ਹਾਂ ਬਿਲਕੁਲ ਜੀ ਕਿਉਂਕਿ ਤੁਹਾਨੂੰ ਪਤਾ ਜਿਦੋਂ ਅੱਜ ਤੋਂ ਪਹਿਲਾਂ 94 95 ਤੋਂ ਪਹਿਲਾਂ ਦੀ ਜੇ ਕਬੱਡੀ ਨੂੰ ਲੈ ਲਿਓ ਗਰਾਊਂਡ ਦੇ ਵਿੱਚ ਕਿਸੇ ਵੀਡੀਓ ਤੁਹਾਨੂੰ ਦੇਖਣ ਨੂੰ ਮਿਲੀ ਜਾਣੀਆਂ ਕੋਈ ਪੁਰਾਣੀਆਂ ਕਿਉਂਕਿ ਉਦੋਂ ਮੂਵੀਆਂ ਦਾ ਸਮਾਂ ਸੀ ਮੂਵੀਆਂ ਵਿੱਚ ਗਰਾਊਂਡ ਦੇ ਨਾਲ ਕਬੱਡੀ ਪੈ ਰਹੀ ਹੁੰਦੀ ਕਬੱਡੀ ਜੱਫਾ ਲੱਗ ਰਿਹਾ ਹੁੰਦਾ ਬਸ ਇਦਾਂ ਹੀ ਬੋਲਦੇ ਕਬੱਡੀ ਪਾ ਕੇ ਗਿਆ ਫੜ ਲਿਆ ਜਾਂ ਇਦਾਂ ਜਾਂ ਹੁਣ ਦਿਨੋਂ ਦਿਨ ਜਿਹੜੀ ਉਹ ਚੀਜ਼ ਕਲਾ ਨਿਕਰ ਕੇ ਸਾਹਮਣੇ ਆਉਂਦੀ ਜਾ ਰਹੀ ਹੈ ਤੇ ਉਹਦੇ ਨਾਲ ਇੱਕ ਮਨੋਰੰਜਨ ਦਾ ਸਾਧਨ ਕਬੱਡੀ ਦੇ ਨਾਲ ਜੋੜਨ ਦਾ ਤਰੀਕਾ ਵੀ ਆ ਕਿਉਂਕਿ ਜਿਹੜੇ ਲੋਕ ਕਬੱ ਉਹ ਸੁਣਨਾ ਪਸੰਦ ਕਰਦੇ ਨੇ ਉਹ ਉਹ ਸੁਣਨਾ ਪਸੰਦ ਕਰਦੇ ਨੇ ਤੇ ਉਸ ਦੇ ਨਾਲ ਹੀ ਜਿਹੜਾ ਸਾਡੇ ਮਨ ਦੀ ਤਮੰਨਾ ਹੁੰਦੀ ਹੈ ਵੀ ਸਾਨੂੰ ਲੋਕ ਜਿਆਦਾ ਤੋਂ ਜਿਆਦਾ ਸੁਣਨ ਕਿਹਨੂੰ ਦੇਖ ਕੇ ਤੁਸੀਂ ਕਮੈਂਟਰੀ ਕਰਨੀ ਸ਼ੁਰੂ ਕੀਤੀ تقریبا ਜੀ ਮੈਂ ਗਰਾਊਂਡਾਂ ਦੇ ਵਿੱਚ ਕਿਉਂਕਿ ਕਬੱਡੀ ਦੇ ਨਾਲ ਜੁੜਿਆ ਵਾਸ ਸੀਗਾ ਗਰਾਊਂਡ ਦੇ ਨਾਲ ਜੁੜਨਾ ਮਨ ਦੀ ਤਮੰਨਾ ਹੁੰਦੀ ਸੀਗੀ ਕਿ ਵੱਡੇ ਵੱਡੇ ਲੈਵਲਾਂ ਦੀਆਂ ਗੱਲਾਂ ਚੱਲਦੀਆਂ ਸੀ ਲੋਕ ਜਦੋਂ ਅਲੱਗ ਅਲੱਗ ਸੋਚਦੇ ਸੀਗੇ ਪਰ ਜਦੋਂ ਗਰਾਊਂਡ ਦੇ ਵਿੱਚ ਜਦੋਂ ਜਾਂਦਾ ਸੀ ਨਾ ਮੈਂ ਇਹ ਨਾਮ ਸੁਣਦਾ ਹੁੰਦਾ ਸੀ ਪ੍ਰੋਫੈਸਰ ਮੱਖਣ ਸਿੰਘ ਹਕੀਮਪੁਰ ਸਾਡੇ ਮਾਲਵੇ ਦੇ ਵਿੱਚ ਸਰਦਾਰ ਦਿਲਜੀਤ ਸਿੰਘ ਜੀ ਸਿੱਧੂ ਰਹਿ ਕੇ ਗੱਲਾਂ ਰਿੰਪੀ ਬਰਾੜ ਜੂਰੀ ਬਹੁਤ ਵਧੀਆ ਨਾਮ ਸੀ ਫੇਮਸ ਨਾਮ ਸੀ ਕਬੱਡੀ ਕਮੈਂਟਰੀ ਦੇ ਜਿਹੜੇ ਕੋ ਪ੍ਰੋਫੈਸਰ ਮੱਕ ਹਕੀਮ ਮੱਕਣ ਸਿੰਘ ਦੀ ਹਕੀਮਪੁਰ ਦਾ ਨਾਮ ਤਾਂ ਬਹੁਤ ਟੌਪ ਤੇ ਚੱਲਿਆ ਰਿੰਪੀ ਬਰਾੜ ਗੱਜਣ ਵਾਲਾ ਵੀ ਜਿਹੜੇ ਮਾਲਵੇ ਦੇ ਜਿਹੜੇ ਖੇਡ ਮੇਲੇ ਉਹਨਾਂ ਨੂੰ ਰੱਖ ਕੇ ਪੁੱਛ ਕੇ ਰੱਖੇ ਜਾਂਦੇ ਉਹਨਾਂ ਬਾਈ ਦਲਜੀਤ ਹੋਰਾਂ ਦੇ ਨਾਮ ਉਹ ਨਹੀਂ ਫੇਮਸ ਹੋਏ ਕਿਉਂਕਿ ਉਸ ਟਾਈਮ ਤਾਂ ਫੇਮਸ ਦੇ ਵਿੱਚ ਉਸ ਤੋਂ ਬਾਅਦ ਨਹੀਂ ਫੇਮਸ ਉਹਨਾਂ ਨੂੰ ਦੇਖ ਕੇ ਹੀ ਮਨ ਦੀ ਤਮੰਨਾ ਜਾਗੀ ਵੀ ਆਪਾਂ ਕਬੱਡੀ ਦੇ ਵੱਲ ਆਈਏ ਕਮੈਂਟਰੀ ਕਰੀਏ ਹਾਂ ਬਿਲਕੁਲ ਤੁਸੀਂ ਜਦੋਂ ਮੈਂ ਇਹ ਕਹਿੰਦਾ ਵੀ ਵੈਸੇ ਕੀ ਹੁੰਦਾ ਅਸੀਂ ਆਮ ਜਦੋਂ ਦੇਖਦੇ ਆ ਕਬੱਡੀ ਕਿਤੇ ਪਾਈ ਜਾ ਰਹੀ ਹੈ ਤਾਂ ਉਦੋਂ ਕਮੈਂਟਰੀਸ ਹੁੰਦੇ ਆ ਤਾਂ ਅੱਜ ਮੈਨੂੰ ਇਹ ਲੱਗਦਾ ਵੀ ਮੇਰੇ ਦਰਸ਼ਕ ਵੀ ਚਾ ਕਿਸ ਤਰੀਕੇ ਨਾਲ ਬੋਲਦਾ ਦੋ ਚਾਰ ਲਫ਼ਜ਼ ਉਹ ਜਿਵੇਂ ਕਹਿੰਦੇ ਜੁਗੋ ਜੁਗੋ ਖੇਡੋਂ ਲੱਖਾਂ ਹੀ ਖੇਡਾਂ ਅਮਰ ਰੇ ਇਹ ਖੇਡ ਕਬੱਡੀ ਸਦਾ ਜੋਣੋਂ ਵਿਛੜੇ ਸਾਥੀ ਜਿੰਨਾ ਖੇਡ ਖੇਡ ਇਹ ਛੱਡੀ ਜਾਂ ਇੱਕ ਸ਼ਬਦ ਬੋਲਦੇ ਉਹਨੇ ਜਿਵੇਂ ਕਿ ਪੁਰਾਣੇ ਪਲੇਅਰਾਂ ਨੂੰ ਉਤਰਵੀਓ ਦੇਣ ਦੀ ਕਰ ਕਿ ਬੱਬਾ ਬਰਾੜ ਬੱਬਾ ਬਾਜਾ ਬੱਬਾ ਅਸੀਂ ਬਕਸੀਸ ਜਿਹਦੇ ਘਰ ਵਿੱਚ ਪੈਦਾ ਹੋਇਆ ਕਬੱਡੀ ਸਟਾਰ ਹਰਜੀਤ ਨਾਲ ਜਿਹਦੇ ਸੀ ਕੇਵਲ ਸੇਕਾ ਕੇਵਲ ਲੋਪੋਤੇ ਕੌਂ ਕਿਆਂਦਾ ਤਲਵਾਰ ਕਦੇ ਕਦੇ ਰੱਬ ਪੈਦਾ ਕਰਦਾ ਇਹੋ ਜਿਹਾ ਫਨਕਾਰ ਕਦੇ ਕਦੇ ਰੱਬ ਪੈਦਾ ਕਰਦਾ ਇਹੋ ਜਿਹਾ ਫਨਕਾਰ ਕੀ ਬਾਤ ਦੇਖੋ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਹਰਜੀਤ ਉਹਨਾਂ ਦਾ ਨਾਮ ਲਿਆ ਹੋਰ ਭਰਾਵਾਂ ਦਾ ਜਿਹੜਾ ਨਾਮ ਲਿਆ ਜਿਨ੍ਹਾਂ ਨੇ ਇਸ ਕਬੱਡੀ ਨੂੰ ਚਾਰ ਚੰਦ ਲਾਇਆ ਪਰ ਕਿਤੇ ਨਾ ਕਿਤੇ ਤੁਸੀਂ ਇਹ ਦੇਖਿਆ ਕਬੱਡੀ ਦੇ ਵਿੱਚ ਪਿੱਛੇ ਜੇ ਕਾਫੀ ਜਿਹੜਾ ਨੁਕਸਾਨ ਹੋਇਆ ਕਬੱਡੀ ਖੇਡ ਦਾ ਮਾਵਾ ਦੇ ਪੁੱਤ ਵੀ ਬੜੇ ਜਣੇ ਚਲੇ ਗਏ ਜਿਹਦੇ ਵਿੱਚ ਅਸੀਂ ਗੈਂਗ ਜਿਹੜਾ ਨੇ ਉਹ ਵਰਗੇ ਨੇ ਗੈਂਗਸਟਰਸ ਜਿਹੜੇ ਨੇ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਇਨਵੋਲਵ ਹੋਗੇ ਮੇਰੇ ਖਿਆਲ ਹੈ ਜੀ ਕਿਤੇ ਨਾ ਕਿਤੇ ਕਿਤੇ ਨਾ ਕੋਈ ਜ਼ਰੂਰ ਕੁਝ ਨਾ ਕੁਝ ਕਮੀ ਜਰੂਰ ਰਹਿੰਦੀ ਹੈ ਨਾ ਕਿ ਜੇ ਨਾ ਉਧਰਲੇ ਪਾਸੋਂ ਆਪਣੇ ਪਤਾ ਨਹੀਂ ਕਿੱਥੇ ਕਮੀ ਰਹਿ ਗਈ ਕਿ ਕੁਝ ਨਾ ਕੁਝੇ ਗਲਤ ਹੋ ਰਿਹਾ ਨਹੀਂ ਮਰਨੇ ਚਾਹੀਦੇ ਸੀ ਮਾਵਾ ਦੇ ਪੁੱਤੇ ਮਾਵਾ ਦੇ ਪੁੱਤ ਨਹੀਂ ਮਰਨੇ ਚਾਹੀਦੇ ਮਨ ਦੀ ਤਮੰਨਾ ਹੈਗੀ ਮੈਂ ਉਹਨਾਂ ਨੂੰ ਵੀ ਕਹਿ ਰਿਹਾ ਵੀ ਤੁਸੀਂ ਵੀ ਇੱਕ ਮਾਵਾ ਦੇ ਪੁੱਤੋਂ ਤੇ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਹੈਗੀ ਤਾਂ ਬਹਿ ਕੇ ਟੇਬਲ ਤੇ ਬਹਿ ਕੇ ਨਿਵੇੜਨ ਦੀ ਕੋਸ਼ਿਸ਼ ਕਰੋ ਇਸ ਤਰ੍ਹਾਂ ਦੀ ਗੱਲ ਨਾ ਕਰੋ ਹਾਂ ਬਿਲਕੁਲ ਦੇਖੋ ਇਹ ਜਿਹੜਾ ਕਬੱਡੀ ਦੇ ਨਾਲ ਕਬੱਡੀ ਸਾਡੀ ਸਿਹਤ ਨੂੰ ਵੀ ਬਣਾਉਂਦੀ ਹੈ ਹਨਾ ਅਸੀਂ ਇਹ ਦੇਖੋ ਇਹਦੇ 'ਚ ਵਾਕਈ ਪਤਾ ਲੱਗਦਾ ਵੀ ਤੇਰੇ ਢਾਲਿਆਂ 'ਚ ਕਿੰਨਾ ਕੁ ਦਮ ਹੈ ਉਹ ਕਬੱਡੀ ਚ ਆ ਕੇ ਪਤਾ ਲੱਗਦਾ ਪੱਟਾਂ ਦਾ ਜੋਰ ਪਤਾ ਲੱਗਦਾ ਥਾਪੀ ਦਾ ਪਤਾ ਲੱਗਦਾ ਸੋ ਇਸ ਕਰਕੇ ਕਬੱਡੀ ਨੂੰ ਅਸੀਂ ਪ੍ਰਮੋਟ ਕਰਨਾ ਪਰ ਤੁਸੀਂ ਕਬੱਡੀ ਨੂੰ ਪ੍ਰਮੋਟ ਕਰਦੇ ਕਰਦੇ ਪਿੱਛੇ ਜੇ ਜਦੋਂ ਕਿਸਾਨਾਂ ਦਾ ਚੱਲਿਆ ਤਾਂ ਤੁਸੀਂ ਦਿੱਲੀ ਦੇ ਵਿੱਚ ਵੀ ਗਏ ਬਿਲਕੁਲ ਜੀ ਦਿੱਲੀ ਚ ਗਏ ਤਾਂ ਸੁਣਨ ਚ ਇਹ ਵੀ ਆਇਆ ਵੀ ਤਿਹਾਰ ਜੇਲ ਵੀ ਕੱਟਣੀ ਪਈ ਕੀ ਹੋਇਆ ਸੀ ਅ ਕਿਸਾਨੀ ਅੰਦੋਲਨ ਨੂੰ ਯਾਨੀ ਕਿ ਜਿਹੜੇ ਮਨ ਦੀ ਤਮੰਨਾ ਸੀਗੀ ਜੇ ਕਿਸਾਨੀ ਗਈ ਤਾਂ ਸਭ ਕੁਝ ਗਿਆ ਕਿਉਂਕਿ ਪੰਜਾਬ ਦਾ ਜਿਹੜਾ داروਮੁਦਾਰਾ ਸਾਦਾ ਤਰਿਕ ਕਿਸਾਨੀ ਦੇ ਉੱਤੇ ਨਿਰਭਰ ਕਰਦਾ ਪੰਜਾਬ ਦਾ ਹੀ ਨਹੀਂ ਮੇਰਾ ਖਿਆਲ ਪੂਰੇ ਜਿਹੜੀ ਵਰਲਡ ਲੈਵਲ ਦੇ ਕਿਸਾਨ ਆ ਜਿਹੜੇ ਜਾਂ ਵਰਲਡ ਲੈਵਲ ਦੀ ਅਰਥਵਿਵਸਥਾ ਜਿਹੜੀ ਉਹ ਕਿਸਾਨੀ ਤੇ ਹੀ ਡਿਪੈਂਡ ਕਰਦੀ ਹੈ ਕਈ ਵਾਰੀ ਫੈਕਟਰੀਆਂ ਦੂਜੀਆਂ ਤਾਂ ਰੁਕ ਜਾਣੀਆਂ ਜਾਂ ਹੋਰ ਚੀਜ਼ ਪਰ ਅਨਾਜ ਤੋਂ ਬਿਨਾ ਨਹੀਂ ਰਿਹਾ ਜਾਂਦਾ ਉਸੇ ਚੀਜ਼ ਨੂੰ ਸੋਚ ਕੇ ਗਏ ਸੀ ਵੀ ਅਨਾਜ ਜੇ ਗਿਆ ਚਲਾ ਗਿਆ ਸਾਡਾ ਜਿਆ ਕਿਸਾਨੀ ਚਲੀ ਗਈ ਤਾਂ ਕਿਤੇ ਨਾ ਕਿਤੇ ਸਾਰਾ ਸਿਸਟਮ ਫੇਲ ਹੋ ਜੂ ਮੇਰਾ ਦੇਸ਼ ਤਰੱਕੀ ਵੱਲ ਜਾਂਦਾ ਜਾਂਦਾ ਰੁਕ ਜੂ ਉਹ ਤਰੱਕੀ ਰੁਕ ਜੂਗੀ ਪਰ ਜਸਵਿੰਦਰ ਮੇਰੇ ਸਮਝ ਚ ਜਾਂ ਸੋਣਨ ਚ ਵੀ ਇਹ ਹੈ ਵੀ ਤੁਹਾਡੇ ਕੋਲ ਪੈਲੀ ਹੈ ਨਹੀਂ ਬਿਲਕੁਲ ਨਹੀਂ ਹੈਨਾ ਨਹੀਂ ਜੀ ਬਿਲਕੁਲ ਪਰ ਫਿਰ ਵੀ ਤੁਸੀਂ ਕਿਸਾਨਾਂ ਦਾ ਸਾਥ ਦਿੱਤਾ ਹਾਂਜੀ ਕਿਤੇ ਨਾ ਕਿਤੇ ਮਨ ਦੀ ਤਮੰਨਾ ਹੈਗੀ ਜੇ ਆਪ ਕੋਲੇ ਪੈਲੀ ਨਹੀਂ ਤਾਂ ਕਿਸਾਨਾਂ ਦੀ ਅਕਸਰ ਜੇ ਅਨਾਜ ਖੇਤ ਦੇ ਵਿੱਚ ਪੈਦਾ ਹੁੰਦਾ ਤੇ ਉਹ ਖੇਤ ਦੇ ਵਿੱਚੋਂ ਪੈਦਾ ਹੋ ਕੇ ਵੱਢ ਕੇ ਕਿਵੇਂ ਨਾ ਕਿਵੇਂ ਕਿਤੇ ਨਾ ਕਿਤੇ ਜ਼ਰੀਆ ਆਉਂਦਾ ਆਉਂਦਾ ਤਾਂ ਆਪਣੇ ਚੁੱਲੇ ਤੇ ਆ ਉਹ ਖੇਤ ਦੇ ਵਿੱਚੋਂ ਹੀ ਆਉਂਦਾ ਨਾ ਨਾ ਮਲ ਕੇ ਹੋਰ ਕਿਤੋਂ ਹਾਂ ਰੋਟੀ ਜਿਹੜੀ ਗੂਗਲ ਤੇ ਡਾਊਨਲੋਡ ਤਾਂ ਨਹੀਂ ਹੁੰਦੀ ਅੱਜ ਕੱਲ ਜੇ ਡਿਜੀਟਲ ਦੇ ਤੌਰ ਤੇ ਦੇਖ ਲਈਏ ਨਾ ਹੈਨਾ ਜੀ ਇਸ ਕਰਕੇ ਤੁਹਾਨੂੰ ਇਹ ਗਾਇਆ ਵੀ ਅਸੀਂ ਕਿਸਾਨਾਂ ਦਾ ਸਾਥ ਦਈਏ ਜਿਹੜੇ ਸਾਡੇ ਲਈ ਰੋਟੀ ਪੈਦਾ ਕਰਦੇ ਨੇ ਹਾਂਜੀ ਕੁਝ ਇੱਥੇ ਜਦੋਂ ਜੇਲ੍ਹ 'ਚ ਰਹੇ ਜੇਲ੍ਹ ਦਾ ਕੋਈ ਇਨਸੀਡੈਂਟ ਇਦਾਂ ਦਾ ਤੁਹਾਨੂੰ ਲੱਗਿਆ ਹੋਵੇ ਕਿ ਤਿਹਾਰ 'ਚ ਸੀ ਤੁਸੀਂ ਹਾਂਜੀ ਮੈਂ ਤਿਹਾਰ ਦੇ ਵਿੱਚ ਸੀ ਤਿਹਾਰ ਦਾ ਉੱਥੋਂ ਤੇ ਲੋਕਾਂ ਦਾ ਵਤੀਰਾ ਕੀ ਸੀ ਲੋਕਾਂ ਦਾ ਵਤੀਰਾ ਜੀ ਤੁਹਾਨੂੰ ਪਤਾ ਹੀ ਜਿਹੜੇ ਆਮ ਕ੍ਰਿਮੀਨਲ ਤੌਰ ਦੇ ਉੱਤੇ ਜਾਂ ਕੋਈ ਹੁੱਦਾਂ ਦੇ ਕੈਦੀਜ਼ ਹੁੰਦੇ ਆ ਉਹ ਆਪੋ ਆਪਣੀਆਂ ਗਤੀਵਿਧੀਆਂ ਜਾਂ ਦੂਜੇ ਦੂਜੇ ਪ੍ਰੈਸ਼ਰ ਪਾਉਣ ਦੀ ਕੋਸ਼ਿਸ਼ਾਂ ਕਰਦੇ ਆ ਵੀ ਬਹੁਤ ਯਾਨੀ ਕਿ ਪ੍ਰਸ਼ਾਸਨ ਤੋਂ ਅਲੱਗ ਯਾਕੋ ਜੇਲ੍ਹ ਦੇ ਵਿੱਚ ਕੋਈ ਖਤਰਨਾਕ ਕੈਦੀ ਹੁੰਦੀ ਆ ਜਿਹੜੇ ਉਹਨਾਂ ਤੋਂ ਡਰ ਲੱਗਦਾ ਸੀਗਾ ਵੀ ਕੀ ਚੀਜ਼ਾਂ ਆਮ ਨੋਰਮਲ ਪਰਿਵਾਰਾਂ ਦੇ ਵਿੱਚ ਆਮ ਕਿਸਾਨਾਂ ਦੇ ਬੱਚੇ ਜਦੋਂ ਉਹਨਾਂ ਦੇ ਵਿੱਚ ਜਾ ਕੇ ਪਰ ਕੁਛ ਨਾ ਕੁਛ ਗਲਤ ਹੁੰਦਾ ਸੀ ਉਹ ਗਲਤ ਹੁੰਦਾ ਸੀ ਅਬ ਇੱਕ ਮੈਂ ਇਹ ਵੀ ਸੁਣਿਆ ਕਿ ਜਦੋਂ ਤੁਸੀਂ ਲਾਲ ਕਿਲੇ ਵੱਲ ਨੂੰ ਵਧੇ ਤਾਂ ਰਸਤੇ ਦੇ ਵਿੱਚ ਨਾਂਗਲੋਈ ਦੇ ਵਿੱਚ ਥੋੜਾ ਕੁਝ ਕਾਫੀ ਕੁਝ ਹੋਇਆ ਉਹਦੇ ਵਿੱਚ ਇੱਕ ਤੁਹਾਡੇ ਮੂੰਹੋਂ ਸੁਣੀ ਸੀ ਜੀ ਵੀ ਇੱਕ ਲੇਡੀ ਨੇ ਦਸਤਾਰ ਸਜਾਈ ਹੋਈ ਸੀ ਉਹ ਉਹਦਾ ਕੀ ਮਸਲਾ ਸੀ ਹਾਂਜੀ ਜਿਹੜੀ ਮੈਂ ਤੁਹਾਨੂੰ ਦੱਸੀ ਜਾਂਦਾ ਜੀ ਅਸੀਂ तकरीबन ਨਾਗਲੋਈ ਦੇ ਵਿੱਚ ਸੀ ਕਿ ਸਾਨੂੰ ਜਿਹੜਾ ਅਸੀਂ ਉਸੇ ਪੁਆਇੰਟ ਤੇ ਜਾ ਰਹੇ ਸੀ ਜਿਹੜਾ ਸਾਨੂੰ ਉਲਿਖਿਆ ਗਿਆ ਸੀ ਸਾਨੂੰ ਕਿਸਾਨ ਮੋਰਚੇ ਦੇ ਕਿਸਾਨਾਂ ਨੇ ਆਗੂਆਂ ਨੇ ਕਿਹਾ ਸੀ ਵੀ ਇੱਥੇ ਰੋਡ ਤੇ ਜਾਣਾ ਸਾਨੂੰ ਤਾਂ ਕੋਈ ਮਤਲਬ ਹੀ ਨਹੀਂ ਸੀਗਾ ਅਸੀਂ ਉਸੇ ਰੋਡ ਤੇ ਆਰਾਮ ਦੇ ਨਾਲ ਵਾਇਗਰੂ ਵਾਇਗਰੂ ਕਰਦੇ ਜਾਂ ਜੇ ਕਿ ਮਨ ਲਵੇ ਕੋਈ ਕਚਰਾ ਰਾਹ ਦੇ ਵਿੱਚ ਕੋਈ ਲੰਗਰ ਵਗੈਰਾ ਚੱਲ ਰਿਹਾ ਉਹਦਾ ਕਚਰਾ ਜਾਂ ਬੋਤਲ ਕੋਈ ਖਾਲੀ ਕਰਕੇ ਛੋੜਦਾ ਉਹ ਚੁੱਕ ਚੁੱਕ ਕੇ ਅਸੀਂ ਆਪਦੇ ਝੋਲਿਆਂ 'ਚ ਪਾਉਂਦੇ ਜਾਂਦੇ ਸੀ ਯਾਨੀ ਕਿ ਕਹਿੰਦਾ ਪੱਕਾ ਕਲੀ ਸਾਫ ਕਾ ਸਫਾਈ ਕਰਦੇ ਤੁਰੇ ਜਾਂਦੇ ਸੀਗੇ ਤੇ ਰਸਤੇ ਦੇ ਵਿੱਚ ਜਦੋਂ 나ਗਲੋ ਹੀ ਪਹੁੰਚੇ ਤੇ ਇੱਕ ਔਰਤ ਜੀ ਦੇ پاگل ਵੇਟੀ ਹੋਈ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਉਹਨੇ ਇੱਕ ਮੁਸਲਮਾਨ ਮੁੰਡਾ ਖੜਾ ਸੀ ਉਹਦੇ ਉਹਦੇ ਥੱਪੜ ਮਾਰਦਾ ਜਾ ਕੇ ਬਿਨਾ ਕੋਈ ਮਤਲਬ ਦੇ ਉਹਦੇ ਚਸ਼ਮੇ ਲੱਗੇ ਟੋਪੀ ਲੱਗੇ ਸੀ ਉਹ ਫੁੱਲ ਸਟਰੇ ਸੀ ਜਿਦੋਂ ਕਿਸਾਨ ਜਾਂਦੇ ਸੀ ਵੀ ਉਹਨਾਂ ਦੇ ਬੱਚੇ ਫੁੱਲ ਸਟਰੇ ਸੀ ਉਹਨੇ ਥੱਪੜ ਮਾਰਦਾ ਤੇ ਅਸੀਂ ਸੋਚਿਆ ਵੀ ਇਹ ਕੀ ਚੱਕਰ ਆ ਪਰ ਬਾਅਦ ਦੇ ਵਿੱਚ ਅਸੀਂ ਉਹਨੂੰ ਨਾਕ ਲੈਂਦੇ ਲੇਡੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਲੇਡੀ ਚਲੇ ਗਏ ਬਲੇ ਤੇ ਪਰ ਉਹਨੂੰ ਮੁਸਲਮਾਨ ਜਿਹੜਾ ਮੁੰਡਾ ਖੜਾ ਸੀ ਉੱਥੇ ਉਸ ਟਾਈਮ ਨੌਜਵਾਨ ਉਹਨੂੰ ਮੈਂ ਕਿਹਾ ਬਾਈ ਜੀ ਵੇਖੋ ਮਾਫ ਕਰਿਓ ਸਾਡਾ ਕੋਈ ਕਿਸਾਨ ਉਹ ਨਾ ਭਈ ਇਹ ਕਿਸਾਨ ਨਹੀਂ ਸੀ ਕੋਈ ਹੋਰ ਸਰਹਾਰਤੀ ਅਨਸਰ ਸੀ ਵੀ ਜਿਹੜੀ ਇਹ ਚੀਜ਼ ਦੇ ਵਿੱਚ ਰੰਗ ਦੇ ਵਿੱਚ ਭੰਗ ਪਾਉਣਾ ਚਾਹੁੰਦੇ ਆ ਵੀ ਉਹ ਉਹ ਬੰਦਾ ਵੀ ਜਿਹੜਾ ਜਿਹੜਾ ਨੌਜਵਾਨ ਵੀ ਇਸ ਚੀਜ਼ ਨੂੰ ਸਮਝ ਰਿਹਾ ਸੀ ਉਸ ਟਾਈਮ ਹਾਂ ਤੁਸੀਂ ਤੁਸੀਂ ਇਸ ਬਿਲਕੁਲ ਉੱਥੇ ਰਹੇ ਹੋ ਤੁਸੀਂ ਡੇਢ ਦੋ ਮਹੀਨੇ ਰਹੇ ਹੋ ਜੇਹ ਵਿੱਚ ਵੀ ਰਹੇ ਹੋ ਪਿੱਛੋਂ ਫਿਰ ਰੋਟੀ ਪਾਣੀ ਕਿੱਦਾਂ ਚੱਲਦਾ ਕਿਉਂਕਿ ਪਹਿਲੀ ਤੁਹਾਡੇ ਕੋਲ ਹੈ ਨਹੀਂ ਬਿਲਕੁਲ ਜੀ ਕਿਉਂਕਿ ਮੈਂ ਜੀ ਕਬੱਡੀ ਦੇ ਜ਼ਰੀਏ ਕਬੱਡੀ ਦੇ ਨਗ ਲੈਂਦੇ ਵੀ ਥੋੜਾ ਬਹੁਤਾ ਤੁਹਾਨੂੰ ਪਤਾ ਵੀ ਆਮ ਨੋਰਮਲ ਜਿਹੜਾ ਕਿ ਮੇਰੇ ਘਰ ਦੇ ਵਿੱਚ ਜਾਂ ਵਾਈਫ ਆ ਜਿਹੜੀ ਥੋੜਾ ਬਹੁਤਾ ਪਾਰਲਰ ਵਗੈਰੇ ਦਾ ਕੰਮ ਕਰ ਲੀਦੀ ਕਿਉਂਕਿ ਬਜ਼ੁਰਤੀ ਹੈ ਹੈਂਡੀਕੈਪਡਾ ਉਹ ਤੋਂ ਉਦਾਂ ਕੋਈ ਕੰਮ ਨਹੀਂ ਹੁੰਦਾ ਕੋਈ ਜੋਬ ਵਗੈਰਾ ਨਹੀਂ ਹੈ ਕੋਈ ਚੀਜ਼ਾਂ ਪਰ ਉਹ ਚੀਜ਼ ਦੇ ਨਾਲ ਥੋੜਾ ਬਹੁਤਾ ਤੁਹਾਨੂੰ ਪਤਾ ਵੀ ਆਮ ਜਿਹੜੇ ਨਾਰਮਲ ਘਰਾਂ ਦੇ ਹੁੰਦੇ ਸਾਡੀਆਂ ਲੋੜਾਂ ਜਿਹੜੀਆਂ ਸੀਮਤ ਹੁੰਦੀਆਂ ਜਿਆਦਾ ਕੋਈ ਸਾਨੂੰ ਲੋੜ ਨਹੀਂ ਪਈ ਨਹੀਂ ਰੋਟੀ ਪਾਣੀ ਹੁੰਦਾ ਸਾਡੇ ਕੋਲੇ ਅਨਾਜ ਜਾਂ ਕਣਕ ਅਸੀਂ ਸਾਲ ਦੀ ਸਾਲ ਪਰ ਦੀ ਲੈ ਕੇ ਰੱਖ ਲਈਦੀ ਉਹਦੇ ਬਸ ਉਹ ਹੀ ਖਾਈ ਪੀ ਜਾਈਦਾ ਇਸ ਸਾਰੇ ਦੌਰਾਨ ਜਿੰਨਾ ਕੋ ਤੁਸੀਂ ਵਾਚ ਕੀਤਾ ਉਹਦੇ ਚੋਂ ਸਿੱਖਿਆ ਕੀ ਮਿਲੀ ਸਿੱਖਿਆ ਕੀ ਮਿਲਦੀ ਹੈ ਯਾਨੀ ਕਿ ਯਾਨੀ ਕਿ ਜਿੱਥੇ ਜਾਈਏ ਨਾ ਪਰ ਮੈਂ ਸਿੱਖਿਆ ਤੋਂ ਮਿਲਣ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਵੀ ਕਿਸੇ ਦਾ ਸਾਥ ਨਾ ਛੱਡਿਆ ਕਰੋ ਜਿਹੜਾ ਬੰਦਾ ਕਿਸੇ ਦੇ ਲਈ ਲੜਨਾ ਜਾਣਦਾ ਜਾਂ ਕਿਸਾਨੀ ਦੇ ਲਈ ਜਦੋਜਹਦ ਕਰਨਾ ਜਾਣਦਾ ਮੇਰੇ ਕੋਲੇ ਪੈੜੀ ਨਾ ਹੋਣ ਦੇ ਬਾਵਜੂਦ ਵੀ ਮੈਂ ਕੋਸ਼ਿਸ਼ ਕਰਦਾ ਹਾਂ ਕਿ ਮੇਰੀ ਕਿਸਾਨੀ ਜਿਹੜੀ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਕਿਉਂਕਿ ਜੇ ਕਿਸਾਨ ਖੁਸ਼ਹਾਲ ਹੈ ਤੇ ਆਮ ਆਵਾਮ ਖੁਸ਼ਹਾਲ ਹੈ ਤੇ ਮੇਰੇ ਮਨ ਦੀ ਤਮੰਨਾ ਹੈ ਕਿ ਜੇ ਕੋਈ ਬੰਦਾ ਇਸ ਤਰ੍ਹਾਂ ਦੀ ਗਤੀਵਿਧੀ ਲੈ ਕੇ ਚੱਲ ਰਿਹਾ ਉਹਦਾ ਸਾਥ ਜ਼ਰੂਰ ਦਿਆ ਕਰੋ ਬਿਲਕੁਲ ਦੇਖੋ ਸਾਥ ਕਦੇ ਵੀ ਨਹੀਂ ਛੱਡਣਾ ਚਾਹੀਦਾ ਹਮੇਸ਼ਾ ਕਹਿੰਦੇ ਹੁੰਦੇ ਨੇ ਛੋਟੇ ਹੋਂਦੇ ਸਾਨੂੰ ਸਟੋਰੀ ਵੀ ਸੁਣਾਉਂਦੇ ਹੁੰਦੇ ਸੀ ਵੀ ਏਕਤਾ ਮੇਂ ਦਮ ਹਾਂ ਤਾਂ ਏਕਤਾ ਮੇਂ ਬਲ ਵਾਲੀ ਜਿਹੜੀ ਗੱਲ ਹੈ ਉਹ ਵਾਕਈ ਹੀ ਜਦੋਂ ਅਸੀਂ ਇਕੱਠੇ ਹੋ ਜਾਂਦੇ ਆ ਤਾਂ ਉਹਦੇ ਚ ਬਲ ਹੁੰਦਾ ਪਰ ਦੇਖੋ ਗੱਲੇ ਵੀ ਅਸੀਂ ਕਬੱਡੀ ਦੀ ਗੱਲ ਕਰ ਰਹੇ ਹਾਂ ਹੁਣ ਕਬੱਡੀ ਇਹ ਤਾਂ ਐਨੀ ਵੀ ਰੋਜ਼ ਮੈਚ ਵੀ ਨਹੀਂ ਹੁੰਦੇ ਬਿਲਕੁਲ ਜੀ ਐਨੇ ਮੈਚ ਨਹੀਂ ਹੁੰਦੇ ਤੁਸੀਂ ਸਿਰਫ ਇਸੇ ਤੇ ਡਿਪੈਂਡੈਂਟ ਹੋ ਹਾਂਜੀ ਹਾਂਜੀ ਫਿਰ ਕੋਈ ਕਿਸੇ ਪਾਸਿਓਂ ਸਰਕਾਰ ਵੱਲੋਂ ਯਾ ਕਿਸੇ ਪਾਸੇ ਕੋਈ ਮਦਦ ਮਿਲਦੀ ਹੈ ਜਾਂ ਬਸ ਨਹੀਂ ਜੀ ਨਹੀਂ ਬਿਲਕੁਲ ਮਦਦ ਕੋਈ ਕੋ ਤੁਹਾਨੂੰ ਪਤਾ ਹੈ ਪ੍ਰਾਈਵੇਟ ਤੌਰ ਤੇ ਟੂਰਨਾਮੈਂਟ ਹੁੰਦੇ ਨੇ ਆਮ ਲੋਕ ਜਿਹੜੇ ਆਮ ਕਿਸਾਨ ਆਮ ਜਿਹੇ ਨਾ ਕਿਲੇ ਕਿਸਾਨੀ ਤੋਂ ਉੱਠ ਕੇ ਬਾਹਰਲੀਆਂ ਕੰਟਰੀਆਂ ਦੇ ਵਿੱਚ ਬੱਚੇ ਸੈਟਲ ਹੋਏ ਹੁੰਦੇ ਆ ਪੰਜਾਬ ਦੇ ਪੁੱਤ ਆ ਉਹ ਉਧਰਲੇ ਪਾਸੇ ਆਪ ਦੇ ਤੌਰ ਤੇ ਪ੍ਰਾਈਵੇਟ ਤੌਰ ਤੇ ਜਿਹੜੀ ਖੇਡ ਮੇਲੇ ਕਰਵਾਉਂਦੇ ਆ ਰਹੇ ਨੇ ਤੇ ਉਹ ਜਿਹੜੇ ਦਸਵਾਂ ਦਸੰਦ ਕਢਣੇ ਚਾਰ ਚੇ ਲੜ ਲੈ ਕੇ ਘਰੇ ਆਈਦਾ ਨਾ ਕਿਸੇ ਤੋਂ ਮਦਦ ਨਹੀਂ ਹੁੰਦੀ ਜੀ ਤੇ ਸਨਮਾਨ ਦੇ ਰੂਪ ਦੇ ਵਿੱਚ ਜੇ ਕੋਈ ਸਾਨੂੰ ਕੋਈ ਰਾਸ਼ੀ ਦੇ ਦਿੰਦਾ ਜਾਂ ਕੋਈ ਓਦਾਂ ਦੀ ਗੱਲਬਾਤ ਉਹ ਲੈ ਕੇ ਆਈਦੀ ਆ ਹਾਂ ਬਿਲਕ ਦੇਖੋ ਚਲੋ ਕੱਲਾ ਠੀਕ ਹੈ ਸਨਮਾਨ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਕੱਲੇ ਸਨਮਾਨ ਟਰੋਫੀਆਂ ਦੇ ਨਾਲ ਢਿੱਡ ਨਹੀਂ ਪਰਦੇ ਮੇਰੀ ਬੇਨਤੀ ਹੈ ਵੀ ਜਿਹੜੇ ਲੋਕ ਕੋਸ਼ਿਸ਼ਾਂ ਕਰਦੇ ਹੁੰਦੇ ਨੇ ਕਿ ਟਰੋਫੀਆਂ ਦਿੱਤੀਆਂ ਜਾਣ ਠੀਕ ਹੈ ਟਰੋਫੀ ਦਿੱਤੀ ਜਾਵੇ ਪਰ ਉਹਦੇ ਨਾਲ ਜੇ ਪੈਸਾ ਵੀ ਦਿੱਤਾ ਜਾਵੇ ਸਨਮਾਨ ਵਜੋਂ ਤਾਂ ਮੈਨੂੰ ਲੱਗਦਾ ਉਹ ਕਿਸੇ ਨਾ ਕਿਸੇ ਬੰਦੇ ਦੇ ਕੰਮ ਜ਼ਰੂਰ ਆਏਗਾ ਦੇਖੋ ਗੱਲਾਂ ਮੇਨੂੰ ਇਹ ਸੀਗਾ ਵੀ ਮੈਂ ਤੁਹਾਡੇ ਨਾਲ ਹੋਰ ਬਹੁਤ ਕਰਾਂ ਪਰ ਜਾਂਦੇ ਜਾਂਦੇ ਫਿਰ ਕਿਉਂਕਿ ਅਸੀਂ ਕਬੱਡੀ ਦੇ ਉੱਤੇ ਗੱਲ ਕੀਤੀ ਹੈ ਮੇਰੇ ਦਰਸ਼ਕ ਫਿਰ ਸੋਚਦੇ ਹੋਣਗੇ ਜਿਸ ਪਿਚ ਤੇ ਤੁਸੀਂ ਬੋਲਦੇ ਹੋ ਉਹੀ ਦੁਬਾਰਾ ਫੇਰ ਇੱਕ ਵਾਰੀ ਉਹ ਸੁਣਾ ਦਿਓ ਯਾਨੀ ਕਿ ਤੁਸੀਂ ਵਿੱਚ ਤੇ ਕਿਹਾ ਮੇਰਾ ਖਿਆਲ ਹੈ ক্রিকেট ਦੇ ਨਾਲ ਸੰਬੰਧ ਬਣ ਗਿਆ ਜਿਹੜੀ ਜਿਹੜੀ ਆਵਾਜ਼ ਦੀ ਵਿੱਚ ਆਵਾਜ਼ ਦੀ ਵਿੱਚ ਯਾਨੀ ਕਿ ਉਸੇ ਤਰ੍ਹਾਂ ਦੀਆਂ ਗੱਲਾਂ ਯਾਨੀ ਕਿ ਖੇਡ ਖੇਡਾਂ ਵਿੱਚੋਂ ਵੱਡੀ ਖੇਡ ਖੇਡਾਂ ਵਿੱਚੋਂ ਵੱਡੀ ਜੀ ਨੂੰ ਆਖਦੇ ਕਬੱਡੀ ਖੇਡੀ ਜਾਂਦੀ ਆ ਪੂਰਾ ਲਾ ਕੇ ਤਾਣ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਜੀ ਬਿਲਕੁਲ ਕੌਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਜਸਵਿੰਦਰ ਜੀ ਹੁਣਾਂ ਤੋਂ ਇਹ ਸਾਰੀਆਂ ਆਪਾਂ ਕਬੱਡੀ ਬਾਰੇ ਗੱਲਾਂ ਬਾਤਾਂ ਸੁਣੀ ਆਂ ਚੰਗੇ ਨੇ ਇਹ ਲੋਕ ਜਿਹੜੇ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਤੇ ਸਾਨੂੰ ਵੀ ਕੋਸ਼ਿਸ਼ ਕਰਨਾ ਚਾਹੀਦਾ ਕਿ ਅਸੀਂ ਵੀ ਕਬੱਡੀ ਨੂੰ ਪ੍ਰਮੋਟ ਕਰੀਏ ਜਸਵਿੰਦਰ ਤੁਸੀਂ ਸਾਡੇ ਵਿੱਚ ਆਏ ਸਾਨੂੰ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹਾਂ ਬਾਜੀ ਤੁਹਾਡਾ ਵੀ ਬਹੁਤ-ਬਹੁਤ ਸਮਾਂ ਕਿਉਂਕਿ ਸਮਾਂ ਅੱਜਕੱਲ ਸਭ ਤੋਂ ਜ਼ਿਆਦਾ ਕੀਮਤੀ ਹੈ ਤੁਸੀਂ ਸਮੇਂ ਦੇ ਨਾਲ ਆ ਕੇ ਮੈਨੂੰ ਕਵਰਜ ਕਰਕੇ ਲੋਕਾਂ ਦੀ ਤੇ ਦਰਸ਼ਕਾਂ ਦੀ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਸੀ ਜਸਵਿੰਦਰ ਆਸਾ ਬੁੱਟਰ ਕਮੈਂਟਰੀ ਦੇ ਵਿੱਚ ਇਸ ਬੰਦੇ ਦਾ ਕੋਈ ਸਾਨੀ ਨਹੀਂ ਕੀ ਕਾ ਕਿਤਨੇ ਕਿਤੇ ਜਿਹੜੀ ਗਰੀਬੀ ਹਨਾ ਇਸ ਜਿਸ ਤਰ੍ਹਾਂ ਮੈਂ ਜਿੰਨਾ ਕੋ ਮੈਂ ਜਾਣ ਸਕਿਆ ਵੀ ਕਿਤਨੇ ਕਿਤੇ ਗਰੀਬੀ ਹੈ ਜਿਹੜੀ ਪਹਿਲੀ ਵੀ ਕੋਲ ਨਹੀਂ ਤੇ ਇਹ ਵੀ ਤੁਸੀਂ ਦੇਖ ਲੋ ਵੀ ਛੋਟੇ ਛੋਟੇ ਫੰਕਸ਼ਨ ਹੁੰਦੇ ਨੇ ਜਿਨ੍ਹਾਂ ਤੋਂ ਪੈਸੇ ਆਉਂਦੇ ਨੇ ਪਰ ਬੰਦੇ ਚ ਕਾਬਲੀਅਤ ਬਹੁਤ ਹੈ ਪਰ ਮੇਰੀ ਰਿਕਵੈਸਟ ਉਹਨਾਂ ਭਰਾਵਾਂ ਨੂੰ ਜਿਹੜੇ ਅਬਰੌਡ ਦੇ ਵਿੱਚ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਕਬੱਡੀਆਂ ਕਰਵਾਉਂਦੇ ਨੇ ਇਹੋ ਜਿਹੇ ਭਰਾਵਾਂ ਨੂੰ ਬਲਾ ਕੇ ਅਸੀਂ ਇਹਨਾਂ ਨੂੰ ਵੀ ਕਬੱਡੀ ਦੇ ਨਾਲ-ਨਾਲ ਪ੍ਰੋਮੋਟ ਕਰੀਏ ਤਾਂ ਜੋ ਇਹ ਆਪਣੇ ਘਰ ਦਾ ਜਿਹੜਾ ਖਰਚਾ ਬਹੁਤ ਅੱਛੇ ਤਰੀਕੇ ਨਾਲ ਕਮਾ ਸਕਣ ਔਰ ਕਬੱਡੀ ਤੋਂ ਦੂਸਰੇ ਪਾਸੇ ਨਾ ਜਾਰ ਜੇ ਕਬੱਡੀ ਚ ਇਹਨਾਂ ਨੂੰ ਪੈਸਾ ਦੀ ਇਨਕਮ ਨਹੀਂ ਹੋਏਗੀ ਨਾ ਤਾਂ ਕਿਤਨੇ ਕਿਤੇ ਫਿਰ ਇਹ ਵੀ ਸੋਚਣਗੇ ਕਿ ਯਾਰ ਅਸੀਂ ਕਿਸੇ ਹੋਰ ਕਿੱਤੇ ਚ ਪੈ ਜਾਈਏ ਪਰ ਮੇਰੀ ਬੇਨਤੀ ਹੈ ਕਿ ਅਸੀਂ ਇਹਨਾਂ ਨੂੰ ਕਿਸੇ ਹੋਰ ਕਿੱਤੇ ਨਾ ਜਾਣ ਦਈਏ ਤੇ ਕਬੱਡੀ ਵੱਲ ਹੀ ਰੱਖੀਏ ਤੇ ਇਹਨਾਂ ਨੂੰ ਅਸੀਂ ਕਿਉਂਕਿ ਮੇਰੇ ਵੀਰ ਬਾਹਰ ਜਿਹੜੇ ਫੰਕਸ਼ਨ ਕਰਵਾਉਂਦੇ ਨੇ ਕਬੱਡੀ ਕਰਵਾਉਂਦੇ ਨੇ ਉੱਥੇ ਇਹਨਾਂ ਕਮੈਂਟੇਟਰਸ ਨੂੰ ਬੁਲਾਇਆ ਜਾਵੇ ਤਾਂ ਜੋ ਕਬੱਡੀ ਨੂੰ ਹੋਰ ਜ਼ਿਆਦਾ ਪ੍ਰਮੋਟ ਕੀਤਾ ਜਾਵੇ ਤੇ ਮੈਨੂੰ ਦੋ ਇਜਾਜ਼ਤ ਸਤਿ ਸ਼੍ਰੀ ਅਕਾਲ